ਕਿਸੇ ਮਜ਼ਲੂਮ ਤੇ ਇਹ ਕਿਰਪਾਨ ਕਦੇ ਨਹੀਂ ਉੱਠੀ। ਇਹਨੇ ਰੱਖਿਆ ਕੀਤੀ ਹੈ, ਇਹ ਕਿਰਪਾਨ ਇਸ ਵਾਸਤੇ ਨਹੀਂ ਬਣੀ ਵੀ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਵਾਸਤੇ ਸੇਖੀ ਇੱਕ ਦੂਜੇ ਦੇ ਅੱਗੇ ਪਿੱਛੇ ਲਈ ਫਿਰੀ, ਨਾ ਨਾ, ਅਸੀਂ ਮਤਲਬ ਗਲਤ ਕੱਢ ਲਿਆ ਨਾ। ਅਸੀਂ ਪੰਜਾਬ ਨਹੀਂ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਸਭ ਕੁਝ ਹੋ ਰਿਹਾ ਹੈ, ਉਹ ਤੇ ਸਾਡਾ ਆਪਣਾ ਕਿੱਤਾ ਹੈ ਨਾ, ਅਸੀਂ ਸੇਵਾ ਨਹੀਂ ਨਾ ਸਮਝੀ, ਅਸੀਂ ਆਪਣਾ ਹੁਕਮ ਸਮਝ ਲਿਆ ਹੈ ਵੀ ਮੇਰੇ ਕੋਲ ਗੱਦੀ ਆਈ ਹੈ, ਮੈਂ ਕਿਉਂ, ਜਿੱਦਾਂ ਰਾਜਨੀਤਿਕ ਬੰਦੇ ਕਰਦੇ ਆ ਵੀ ਅਸੀਂ ਕਿਉਂ ਪਾਸੇ ਜਾਣ ਦਈਏ, ਇੱਦਾਂ ਸਾਡੇ ਧਰਮ ਦੇ ਠੇਕੇਦਾਰਾਂ ਨੇ ਵੀ ਇਹੀ ਕੁਝ ਸਮਝ ਲਿਆ। ਇਹ ਜ਼ੁਲਮ ਨੂੰ ਰੋਕਣ ਵਾਸਤੇ ਸੀ, ਜ਼ਾਲਮ ਨੂੰ ਸੋਧਣ ਵਾਸਤੇ ਸੀ। ਮਾਫ ਕਰਿਓ, ਇੱਥੇ ਅਸੀਂ ਆਪਣੀਆਂ ਲੜਾਈਆਂ 'ਚ ਕੱਢ ਕੇ ਇੱਕ ਦੂਜੇ ਨੂੰ ਆਪਣੇ ਆਪਣਿਆਂ ਦਾ ਗਲਾ ਦਬਾਉਣ 'ਤੇ ਜਿਹੜੇ ਨੇ ਉਹ ਲੱਗੇ ਹੋਏ। ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਪਿਆਰਿਆ, ਜੇ ਤੂੰ ਗੁਰੂ ਦੇ ਆਖੇ ਲੱਗ ਕੇ ਜ਼ਿੰਦਗੀ ਬਤੀਤ ਕਰੇ ਨਾ, ਕਹਿੰਦੇ ਪਤਾ ਹੋਵੇਗਾ ਕਿ ਤੇਰੇ ਅੰਦਰ ਸਮਝ ਪੈਦਾ ਹੋਵੇਗੀ। ਉਹ ਸਮਝ ਕਿਹੜੀ ਹੈ? ਕਹਿੰਦੇ ਉਹ ਸਮਝ ਹੈ ਜਿਹਨੂੰ ਸਤਿਗੁਰਾਂ ਦੀ ਬਾਣੀ ਨੇ ਕਿਹਾ ਹੈ, ਕਹਿੰਦੇ ਹਰੇਕ ਸੁੱਖ ਦੇਣ ਵਾਲਾ ਜਿਹੜਾ ਦਾਤਾ ਹੈ ਨਾ, ਉਹ ਕੇਵਲ ਤੇ ਕੇਵਲ ਇੱਕ ਹੈ, ਸਰਬ ਸੁਖਾਂ ਦਾ ਦਾਤਾ ਸਤਿਗੁਰ। ਤਾਂ ਕੀ ਸ਼ਰਨੀ ਪਾਈ ਹੈ, ਕਹਿੰਦੇ ਉਹਦੀ ਸ਼ਰਨ ਚ ਆ ਕੇ ਸੁੱਖ ਮਿਲਣੇ ਨੇ। ਦਰਸ਼ਨ ਭੇਟਤ ਹੋਤ ਆਨੰਦਾ ਦੁੱਖ ਗਿਆ, ਕਹਿੰਦੇ ਚਲਿਆ ਜਾਂਦਾ ਹੈ ਦੁੱਖ। ਹਰ ਗਾਈਏ ਕਦੋਂ? ਜਦੋਂ ਅਸੀਂ ਹਰੀ ਨੂੰ ਗਾਉਣਾ ਆਰੰਭ ਕਰਦੇ ਹਾਂ। ਸਤਿਗੁਰ ਦੀ ਬਾਣੀ ਨੇ ਕਿਹਾ ਹੈ, ਹਰੀ ਨੂੰ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਪਿਆਰਿਆ ਲੈ ਕੇ ਆਵੇਂਗਾ ਨਾ, ਕਹਿੰਦੇ ਤੇਰੀ ਜ਼ਿੰਦਗੀ ਦੇ ਵਿੱਚੋਂ ਅਨੇਕਾਂ ਕਲੇਸ਼ ਖਤਮ ਹੋ ਜਾਣਗੇ। ਭਾਗਾਂ ਵਾਲਿਓ, ਕਹਿ ਦਿੱਤਾ ਜਾਂਦਾ ਹੈ ਨਾ ਵੀ ਕੀ ਸੁੱਖ ਹੋਵੇਗਾ ਗੁਰੂ ਦੀ ਗੱਲ ਮੰਨਣ ਦੇ ਨਾਲ, ਜ਼ਿੰਦਗੀ ਦੇ ਵਿੱਚ ਆਰਾਮ ਆ ਜਾਵੇਗਾ, ਭਟਕਣਾ ਦੂਰ ਹੋ ਜਾਵੇਗੀ, ਬੰਦੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਜ਼ਿੰਦਗੀ ਬਤੀਤ ਕਰੇਗਾ। ਸੱਚ ਜਾਣਿਓ, ਉੱਤੋਂ ਉੱਤੋਂ ਅਸੀਂ ਸਾਰੇ ਕਹਿ ਦਿੰਦੇ ਕੋਈ ਹਾਲ ਪੁੱਛੇ ਤੇ ਚੜ੍ਹਦੀ ਕਲਾ, ਪਰ ਅੰਦਰੋਂ ਜਿੰਨੀ ਢਹਿੰਦੀ ਮਾਨਸਿਕਤਾ ਸਾਡੇ ਕੋਲ ਹੁੰਦੀ ਹੈ ਸ਼ਾਇਦ ਕਿਸੇ ਕੋਲ ਨਾ ਆਵੇ। ਕਾਰਨ, ਕਿਉਂਕਿ ਹਰੀ ਨਹੀਂ ਹੈ, ਦੁੱਖ ਨਹੀਂ ਨਾ ਗਿਆ, ਦੁੱਖ ਤਾਂ ਨਹੀਂ ਗਿਆ, ਹਰੀ ਨੂੰ ਗਾਇਆ ਨਹੀਂ ਹੈ, ਦੁੱਖ ਗਿਆ ਬਾਣੀ ਦਾ ਤੇ ਅਟਲ ਫੈਸਲਾ ਹੈ, ਦੁੱਖ ਗਿਆ ਹਰ ਗਾਈਏ। ਕਹਿੰਦੇ ਹਰੀ ਉਦੋਂ ਆਵੇਗਾ ਜਦੋਂ ਦੁੱਖ ਜਾਵੇਗਾ। ਭਾਗਾਂ ਵਾਲਿਓ, ਮੈਂ ਇੱਕ ਉਦਾਹਰਨ ਆਪ ਜੀ ਦੇ ਸਨਮੁਖ ਰੱਖਦੀ ਜਾਵਾਂ। ਹਮੇਸ਼ਾ ਪ੍ਰਾਹੁਣਾ ਵਾਰ ਵਾਰ ਘਰ ਦੇ ਵਿੱਚ ਉਹ ਆਉਣਾ ਪਸੰਦ ਕਰਦਾ ਹੈ, ਉੱਥੇ ਜਾਣਾ ਪਸੰਦ ਕਰਦਾ ਹੈ ਜਿੱਥੇ ਸਾਡੀ ਇੱਜ਼ਤ ਤੇ ਮਾਣ ਦਾ ਪੂਰਾ ਖਿਆਲ ਰੱਖਿਆ ਜਾਵੇ, ਸਾਡੇ ਸੇਵਾ ਪਾਣੀ ਦਾ ਪੂਰਾ ਖਿਆਲ ਰੱਖਿਆ ਜਾਵੇ। ਮੰਨ ਲਓ ਗਰਮੀ ਦਾ ਦਿਨ ਹੈ, ਤੱਤਾ ਪਾਣੀ ਕਿਸੇ ਦੇ ਮੱਥੇ ਮਾਰ ਹੋਣਾ, ਉਹ ਆਵੇਗਾ ਹੀ ਨਹੀਂ ਮੁੜ ਕੇ, ਚਾਹ ਪਾਣੀ ਤੇ ਗੱਲ ਬੜੀ ਦੂਰ ਦੀ ਰਹੀ, ਆਉਂਦਿਆਂ ਪਰਾਂ ਨੂੰ ਮੂੰਹ ਕਰ ਲਓ ਨਾ, ਉਹ ਅੱਗੇ ਹੋ ਕੇ ਮਿਲੇ, ਗੱਲ ਹੀ ਬੜੀ ਦੂਰ ਦੀ। ਹਮੇਸ਼ਾ ਆਪਾਂ ਉੱਥੇ ਜਾਂਦੇ ਹਾਂ ਜਿੱਥੇ ਮਾਣ ਇੱਜ਼ਤ ਤੇ ਸੇਵਾ ਦਾ ਧਿਆਨ ਰੱਖਿਆ ਜਾਂਦਾ ਹੈ। ਤੇ ਭਾਗਾਂ ਵਾਲਿਓ, ਆਪੋ ਆਪਣੇ ਅੰਦਰ ਝਾਤ ਮਾਰ ਕੇ ਦੇਖਿਓ ਵੀ ਅਸੀਂ ਕਹਿੰਦੇ ਹਾਂ ਵੀ ਗੁੱਸਾ ਬੜਾ ਆਉਂਦਾ ਹੈ, ਕ੍ਰੋਧੀ ਬੜੇ ਰਹਿੰਦੇ ਹਾਂ, ਚਿੰਤਾ ਬੜੀਆਂ ਹੈ, ਅਸੀਂ ਮਾਣ ਇੱਜ਼ਤ ਕਿਹਦਾ ਕਰਦੇ ਹਾਂ, ਅਸੀਂ ਸੇਵਾ ਕਿਹਦੀ ਕਰਦੇ ਹਾਂ, ਗੁੱਸੇ ਦੀ ਸੇਵਾ ਕਰਦੇ ਹਾਂ ਨਾ, ਤਾਂ ਹੀ ਵਾਰ ਵਾਰ ਆਉਂਦਾ ਹੈ ਨਾ,
ਕ੍ਰੋਧ ਦੀ ਸੇਵਾ ਕਰਦੇ ਤਾਂ ਹੀ ਉਹ ਵਾਰ ਵਾਰ ਕਿਉਂ ਮੈਨੂੰ ਹੀ ਕਿਉਂ ਆਉਂਦਾ? ਕਿਉਂਕਿ ਮੇਰਾ ਉਹਦੇ ਨਾਲ ਪਿਆਰ ਹੈ, ਮੈਂ ਉਹਨੂੰ ਜਿਉਂ ਆਇਆ ਆਖਦਾ। ਜੇ ਗੁੱਸਾ ਆਇਆ ਤੇ ਮੇਰੇ ਮਨ ਚ ਹੋਵੇ ਵੀ ਨਹੀਂ ਕੁਛ ਨਹੀਂ ਹੁੰਦਾ, ਆਇਆ ਸ਼ਾਂਤ ਹੋ ਜਾਵੇਗਾ। ਇੱਕ ਤੇ ਆ ਭਾਈ ਮਨੁੱਖੀ ਸੁਭਾਅ ਹੈ, ਜਿਉਣੇ ਆ, ਗੁੱਸਾ ਵੀ ਆਉਂਦਾ ਹੈ ਤੇ ਠੰਡਕ ਵੀ ਆਉਂਦੀ ਹੈ, ਉਹ ਤੇ ਗੱਲ ਵੱਖਰੀ ਹੈ, ਕਿਸੇ ਗੱਲੋਂ ਮਾੜਾ ਜਿਹਾ। ਇੱਕ ਕਈਆਂ ਦੇ ਘਰਾਂ ਦੇ ਵਿੱਚ ਚੱਤੇ ਪੈਰ ਕਲੇਸ਼, ਰੋਟੀ ਖਾਣੀ ਆਰਾਮ ਹੋਈ ਹੁੰਦੀ ਹੈ, ਸੋਹਣਾ ਆਰਾਮ ਹੋਇਆ ਹੁੰਦਾ, ਗੱਡੀ 'ਚ ਬਹਿਣਾ ਆਰਾਮ ਹੋਇਆ ਹੁੰਦਾ, ਵੀ ਇੰਨਾ ਗੁੱਸਾ, ਇੰਨਾ ਕਲੇਸ਼, ਚੱਤੇ ਪੈਰ ਪਤੀ ਪਤਨੀ ਦੇ ਵਿੱਚ, ਨੌਂ ਸੱਸ ਦੇ ਵਿੱਚ, ਭਾਵ ਸਾਰਾ ਘਰ ਹੀ ਬਰਬਾਦ ਹੋਇਆ ਹੁੰਦਾ। ਜੇ ਬੰਦਾ ਸੋਚੇ ਅੱਛਾ ਆਇਆ ਹੈ, ਕੋਈ ਗੱਲ ਨਹੀਂ ਜੀ ਆ ਗਿਆ ਗੁੱਸਾ, ਤੇ ਪਰ ਇਹਨੂੰ ਪਾਸੇ ਸੁੱਟਣਾ, ਮੈਂ ਗੁੱਸਾ ਕਰਨਾ ਹੀ ਨਹੀਂ, ਪਰਵਾਹ ਹੀ ਨਾ ਕਰੋ, ਉਹਦੀ ਆਓ ਭਗਤੀ ਨਾ ਕਰੋ, ਵਾਰ ਵਾਰ ਥੋੜੀ ਆਵੇਗਾ। ਪਾਗਾਂ ਵਾਲਿਓ, ਪੰਜ ਛੱਟੇ ਅੱਖਾਂ ਤੇ, ਪੰਜ ਸੀਸ ਤੇ, ਪੰਜ ਮੁਖ ਚ, ਇਹਦੇ ਨਾਲ ਆਉਣੀ ਸੀ ਠੰਡਕ, ਇਹ ਉਦੋਂ ਚੇਤੇ ਰੱਖਣੀ ਚਾਹੀਦੀ। ਗੁਰੂ ਦੀ ਕਿੰਨੀ ਵੱਡੀ ਬਖਸ਼ਿਸ਼ ਹੈ ਸਾਡੇ, ਗੁਰੂ ਪਾਤਸ਼ਾਹ ਜੀ ਨੇ ਕਿੰਨੀ ਵੱਡੀ ਅੰਮ੍ਰਿਤ ਦੀ ਦਾਤ, ਇੱਕ ਬਾਹਰੀ ਅੰਮ੍ਰਿਤ ਹੈ ਤੇ ਇੱਕ ਅੰਦਰੂਨੀ ਅੰਮ੍ਰਿਤ ਹੈ, ਦੋ ਅੰਮ੍ਰਿਤਾਂ ਦੀ ਬੜੀ ਵੱਡੀ ਮਹਾਨਤਾ ਹੈ ਸਾਡੀ ਜ਼ਿੰਦਗੀ ਦੇ ਵਿੱਚ। ਮਾਫ ਕਰਿਓ, ਜਿੱਥੇ ਅਸੀਂ ਬਾਹਰੀ ਅੰਮ੍ਰਿਤ ਦੀ ਸੰਭਾਲ ਨਹੀਂ ਕੀਤੀ, ਅੰਦਰੂਨੀ ਤੇ ਸਾਡੇ ਤੋਂ ਰੱਖਿਆ ਹੀ ਬੜਾ ਦੂਰ ਗਿਆ ਨਾ, ਅੰਦਰਲੇ ਅੰਮ੍ਰਿਤ ਦੀ ਤੇ ਗੱਲ ਹੀ ਨਹੀਂ ਨਾ ਸਾਡੇ ਨਾਲ ਹੋਈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਜਿਹੜੇ ਅੰਮ੍ਰਿਤ ਜਿਹਨੇ ਨਾ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਤਾਂ ਫਿਰ ਮਰਨ ਨਾ ਹੋ। ਜਿਹੜੇ ਅੰਮ੍ਰਿਤ ਨੇ ਸਾਨੂੰ ਸਦਾ ਜਿਉਂਦਾ ਰੱਖਣਾ ਸੀ, ਉਹਦੀ ਤੇ ਗੱਲ ਹੀ ਨਹੀਂ ਨਾ ਹੋਈ। ਉਹ ਅੰਮ੍ਰਿਤ ਨੇ ਸਾਡੇ ਬਾਹਰਲੇ ਅੰਮ੍ਰਿਤ ਦੀ ਸੰਭਾਲ ਕਰਨੀ ਸੀ। ਫਿਰ ਭਾਗਾਂ ਵਾਲਿਓ, ਅਸੀਂ ਪੰਜ ਕਕਾਰੀ ਵਰਦੀ ਪਾ ਕੇ ਕਦੇ ਕੁਕਰਮੀ ਨਹੀਂ ਸੀ ਬਣ, ਕਿਤੇ ਧਰਮ ਤੋਂ ਉਲਟ ਕੋਈ ਕੰਮ ਨਹੀਂ ਸੀ ਕਰਨਾ। ਅੱਜ ਮਾਫ ਕਰਿਓ, ਪੰਜ ਕਕਾਰੀ ਵਰਦੀ ਪਾ ਕੇ ਕਿੰਨੇ ਗਲਤ ਕੰਮ ਕਰ ਰਹੇ ਹਾਂ ਅਸੀਂ, ਇਹਦਾ ਕਾਰਨ ਹੈ ਨਾ ਗੱਲ, ਸਾਨੂੰ ਇਹਦੀ ਤਿਆਰੀ ਨਹੀਂ ਕਰਵਾਈ, ਸਾਨੂੰ ਹਾਜ਼ਰ ਜਵਾਬ ਹੀ ਨਹੀਂ ਬਣਾਇਆ ਗਿਆ, ਗਿਣਤੀਆਂ ਮਿਣਤੀਆਂ ਦੇ ਚੱਕਰ ਦੇ ਵਿੱਚ ਸਾਨੂੰ ਰੱਖਿਆ ਗਿਆ। ਬਾਬਾ ਮਿਹਰ ਕਰੇ, ਸਤਿਗੁਰ ਜੀ ਕਹਿੰਦੇ ਨੇ, ਕਹਿੰਦੇ ਹਰ ਕੇ ਨਾਮ ਬਿਨਾਂ ਦੁੱਖ ਪਾਵੇ ਦੁਖੀ ਹੋਵੇਗਾ, ਭਗਤ ਬਿਨਾਂ ਸੰਸਾ ਨਹੀਂ ਚੁੱਕੇ। ਕਹਿੰਦੇ ਭਗਤੀ ਤੋਂ ਬਿਨਾਂ ਸੰਸਾ ਭਰਮ ਚੁੱਕਿਆ ਨਹੀਂ ਜਾਣਾ, ਦੂਰ ਨਹੀਂ ਹੋਣਾ। ਕੌਣ ਕਹਿੰਦਾ? ਸਤਿਗੁਰ ਜੀ, ਗੁਰੂ ਤੇਗ ਬਹਾਦਰ ਜੀ ਕਹਿੰਦੇ ਗੋਰੇ ਭੇਦ ਬਤਾਵੇ, ਕਹਿੰਦੇ ਗੁਰੂ ਦੱਸਦਾ ਇਹ ਭੇਦ, ਇਹ ਗੁੱਜੀ ਗੱਲ ਕੌਣ ਦੱਸਦਾ? ਉਹੀ ਦੱਸਦਾ ਹੈ ਨਾ ਜਿਹੜਾ ਆਪਣਾ ਪਿਆਰਾ ਹੋਵੇ, ਜਿਹੜਾ ਸਾਨੂੰ ਦੁਖੀ ਨਾ ਵੇਖਣਾ ਚਾਹੁੰਦਾ ਹੋਵੇ, ਜਿਹੜਾ ਹਮੇਸ਼ਾ ਸਾਨੂੰ ਸੁਖੀ ਦੇਖਣਾ ਚਾਹੁੰਦਾ ਹੋਵੇ, ਉਹ ਦੱਸਦਾ ਹੈ ਵੀ ਇੱਧਰ ਆ, ਤੈਨੂੰ ਮੈਂ ਇੱਕ ਗੁੱਜਾ ਭੇਦ ਦੱਸਾਂ। ਫਿਰ ਭਾਗਾਂ ਵਾਲੇ ਕਹਿੰਦੇ ਗੁਰੂ ਇਹ ਤਰੀਕਾ ਦੱਸਦਾ ਭਗਤ ਬਿਨਾਂ। ਹੁਣ ਭਗਤੀ, ਮਾਫ ਕਰਿਓ, ਇੱਕ ਸ਼ਬਦ ਦਾ, ਇੱਕ ਬਾਣੀ ਦਾ ਵਾਰ ਵਾਰ ਰਟਨ ਕਰਨ ਨੂੰ ਭਗਤੀ ਨਹੀਂ ਕਿਹਾ ਗਿਆ। ਭਗਤੀ ਹੈ ਗੁਣਾਂ ਨੂੰ ਚੇਤੇ ਦੇ ਵਿੱਚ ਰੱਖਣਾ, ਬਾਬੇ ਦੀ ਬਾਣੀ ਦੀ ਸਮਝ ਲੈਣਾ ਤੇ ਉਹ ਬਾਣੀ ਨੂੰ ਕਰਮਾਂ ਦੇ ਵਿੱਚ ਲੈ ਕੇ ਆਉਣਾ, ਭਗਤੀ ਹੈ। ਮਾਫ ਕਰਿਓ, ਇੱਥੇ
ਵਾਰ ਵਾਰ ਇੱਕ ਸ਼ਬਦ ਦਾ ਰਟਨ ਕਰਨ ਵਾਲੇ ਵੀ ਚੱਤੇ ਪੈਰ ਮੱਥੇ ਤੇ ਤਿਊੜੀਆਂ ਪਾਈ ਰੱਖਦੇ ਨੇ, ਗੁੱਸੇ ਚ ਰਹਿੰਦੇ ਨੇ, ਫਿਰ ਉਹਨਾਂ ਤੇ ਭਗਤੀ ਦਾ ਤਾਂ ਕੋਈ ਅਸਰ ਨਾ ਹੋਇਆ। ਸਤਿਗੁਰ ਦੀ ਬਾਣੀ ਕਹਿੰਦੀ ਹੈ ਇਹ ਭਗਤੀ ਤੂੰ ਕਰਮਾਂ ਚ ਲੈ ਕੇ ਆਉਣੀ ਸੀ, ਜਿਵੇਂ ਬਾਬਾ ਦੀਪ ਸਿੰਘ ਜੀ ਵਰਗਿਆਂ ਨੇ ਲੈ ਕੇ ਆਉਂਦੀ। ਜਿਹੜੀ ਭਗਤੀ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੱਸੀ ਹੈ ਕਰਮਾਂ ਚ ਲੈ ਕੇ ਆ। ਜੇ ਕਰਮਾਂ ਚ ਭਗਤੀ ਹੋਵੇਗੀ ਨਾ ਭਾਗਾਂ ਵਾਲੇ ਸੱਚ ਜਾਣਿਓ, ਫਿਰ ਅਸੀਂ ਸਰਬੱਤ ਦੇ ਭਲੇ ਤੋਂ ਕਦੀ ਵੀ ਉਲਟ ਕੋਈ ਕੰਮ ਨਹੀਂ ਕਰਾਂਗੇ। ਮੈਂ ਇੱਥੇ ਇੱਕ ਗੱਲ ਕਰਦੀ ਜਾਵਾਂਗੀ,